ਤੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਬਰਨਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮਲਕੀਤ ਸਿੰਘ ਅਤੇ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕ ਨੇ ਆਰੋਪ ਲਗਾਏ ਹਨ ਕਿ ਪ੍ਰਿੰਸੀਪਲ ਉਹਨਾਂ ਨੂੰ ਸਿੱਖੀ ਕਕਾਰ ਪਹਿਨਣ ਤੋਂ ਰੋਕਦੇ ਹਨ ਅਤੇ ਪ੍ਰਿੰਸੀਪਲ ਦੁਆਰਾ ਉਹਨਾਂ ਨੂੰ ਸਕੂਲ ਵਿੱਚੋਂ ਨਾਮ ਕੱਟਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਇਸ ਗੱਲ ਦਾ ਪਤਾ ਜਦੋਂ ਯੂਨਾਈਟਿਡ ਸਿੱਖ ਪਾਰਟੀ ਦੇ ਲੋਕਾਂ ਨੂੰ ਲੱਗਿਆ ਤਾਂ ਉਹਨਾਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਉਹ ਪ੍ਰਿੰਸੀਪਲ ਕੋਲ ਪਹੁੰਚ ਗਏ, ਜਿੱਥੇ ਕਿ ਪ੍ਰਿੰਸੀਪਲ ਨੇ ਆਪਣੀ ਗਲਤੀ ਮੰਨੀ। ਪਰ ਕੁਝ ਦਿਨਾਂ ਬਾਅਦ ਫਿਰ ਪ੍ਰਿੰਸੀਪਲ ਨੇ ਬੱਚਿਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਯੂਨਾਈਟਿਡ ਸਿੱਖ ਪਾਰਟੀ ਦੇ ਲੋਕਾਂ ਨੇ ਪ੍ਰਿੰਸੀਪਲ ਖਿਲਾਫ਼ ਮੋਹਾਲੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ। ਸਰ, ਮੈਨੂੰ ਕੋਈ ਮਸਲੇ ਦਾ ਪਤਾ ਨਹੀਂ, ਮੈਂ ਤਾਂ ਜੀ 2 ਮਹੀਨੇ ਦੀ ਛੁੱਟੀ 'ਤੇ ਸੀਗੀ ਕਿਉਂਕਿ ਮੇਰੀ ਲੱਤ ਫ੍ਰੈਕਚਰ ਹੋ ਗਈ ਸੀ ਅਤੇ ਮੈਂ ਸਭ ਦੀ ਕੰਪਲੇਂਟ ਪਹਿਲਾਂ ਹੀ ਕੀਤੀ ਹੋਈ ਹੈ ਜੀ ਅੱਜ ਤੋਂ 2 ਆਪਣੇ ਮਲਕੀਤ ਸਿੰਘ ਸਰ ਪ੍ਰਿੰਸੀਪਲ ਦੀ ਜੀ, ਕਿਉਂਕਿ ਉਹ ਸਾਨੂੰ ਤੰਗ ਪਰੇਸ਼ਾਨ, ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਸੀ ਕਿਉਂਕਿ ਮੈਂ ਸਪੋਰਟਸ ਦੇ ਨਾਤੇ ਹੋਣ ਕਰਕੇ ਮੈਨੂੰ ਬੱਚਿਆਂ ਦੇ ਪੀਰੀਅਡ ਨਹੀਂ ਸੀ ਲੈਣ ਦਿੱਤੇ ਜਾਂਦੇ ਅਤੇ ਮੈਨੂੰ ਕਹਿੰਦੇ ਸੀ ਤੁਸੀਂ ਉੱਤੋਂ ਆਪਣੀ ਪ੍ਰਵਾਨਗੀ ਲੈ ਲਓ, ਪ੍ਰਵਾਨਗੀ ਲੈ ਲਓ। ਮੈਂ ਪ੍ਰਵਾਨਗੀ ਦੀ ਖਾਤਰ ਆਪਣੇ ਮੁੱਖ ਸਕੱਤਰ ਸਾਡੇ ਜਿਹੜੇ ਕ੍ਰਿਸ਼ਨ ਕੁਮਾਰ ਜੀ ਨੇ, ਮੈਂ ਉਹਨਾਂ ਨੂੰ ਇੱਕ ਲੈਟਰ ਲਿਖੀ ਕਿ ਸਰ ਮੈਨੂੰ ਇੱਦਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਆਰ ਇਨਕੁਆਇਰਿੰਗ ਇਨਟੂ ਇਟ, ਠੀਕ ਹੈ ਜੀ। ਉਹਨਾਂ ਨੇ ਆਹ ਜਵਾਬ ਦਿੱਤਾ, ਉਹਨਾਂ ਨੇ 2-3 ਵਾਰੀ ਮੈਨੂੰ ਹੇਅਰਿੰਗ 'ਤੇ ਬੁਲਾਇਆ ਵੀ, ਮੈਂ ਗਈ ਵੀ, ਪਰ ਉਹਨਾਂ ਦੇ ਕੋਲ ਟਾਈਮ ਨਾ ਹੋਣ ਦੇ ਬਾਵਜੂਦ ਮਤਲਬ ਉਹਨਾਂ ਨੇ ਸੁਖਜੀਤ ਪਾਲ ਸਿੰਘ DPI ਸਾਹਿਬ ਨੂੰ ਸਾਡੀ ਮਾਰ ਕਰਤੀ। ਸਰ, ਜਿੱਦਾਂ ਬੱਚਿਆਂ ਨੂੰ ਕਹੀ ਜਾਂਦਾ ਤੂੰ ਕੜੇ ਕਿਉਂ ਪਾਏ ਹੋਏ ਆ, ਕੜਾ ਲਾ ਕੇ ਆ, ਆ ਪੱਗੜ ਬੰਨ੍ਹ ਕੇ ਆ ਜਾਂਦੇ ਹੋ, ਤੁਸੀਂ ਆਹ ਕਰਕੇ ਆ ਜਾਂਦੇ ਹੋ, ਹਾਂਜੀ, ਇੱਦਾਂ ਦੇ 8 ਸ਼ਬਦ ਬੋਲਦੇ ਨੇ ਜੀ। ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਸਰ, ਦੇਖੋ ਮੈਂ ਤਾਂ ਆਪ ਖੁਦ ਸਤਨਾਮ ਕੌਰ ਹਾਂ, ਠੀਕ ਹੈ ਨਾ, ਅਤੇ ਮੈਂ ਜਿਹੜੇ ਬੱਚਿਆਂ ਨੂੰ ਇੱਦਾਂ ਕਿਹਾ ਜਾਂਦਾ ਉਹਨਾਂ ਦੇ ਪੇਰੈਂਟਸ ਨੂੰ ਪੁੱਛ ਕੇ ਜਾ ਕੇ ਦੇਖੋ ਜਿਹੜੇ ਬੱਚੇ ਸਿੱਖ ਧਰਮ ਨਾਲ ਰਿਲੇਟਡ ਨੇ। ਸਰ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉਹਨਾਂ ਦਿਨਾਂ 'ਚ ਛੁੱਟੀ 'ਤੇ ਸੀ, ਮੈਨੂੰ ਇਸ ਬਾਰੇ, ਹਾਂਜੀ ਹਾਂਜੀ, ਸਿੱਖ ਬੱਚੇ ਕਾਫੀ ਪੜ੍ਹਦੇ ਨੇ ਜੀ, ਅਤੇ ਉਹਨਾਂ ਤੋਂ ਹੀ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਪੁੱਛ ਸਕਦੇ ਹੋ, ਉਹਨਾਂ ਨੂੰ ਪੁੱਛ ਸਕਦੇ ਹੋ। ਇਹ ਤਾਂ ਬਹੁਤ ਮਨੋਬਲ ਗਿਰਦਾ ਜੀ, ਸਾਡੇ ਬੱਚੇ ਦਾਖਲਾ ਲੈਣ ਨੂੰ ਤਿਆਰ ਨਹੀਂ ਹੈਗੇ ਸਕੂਲ 'ਚ, ਹਾਂਜੀ, ਨਾ 11ਵੀਂ 'ਚ ਨਾ 12ਵੀਂ 'ਚ, ਅਜੇ ਤੱਕ ਕੋਈ ਬੱਚਾ ਨਹੀਂ ਆਇਆ ਸਾਡੇ ਸਕੂਲ 'ਚ, ਜਾ ਕੇ ਪਤਾ ਕਰ ਲਓ ਤੁਸੀਂ, ਕੋਈ ਬੱਚਾ ਦਾਖਲਾ ਲੈਣ ਨੂੰ ਤਿਆਰ ਨਹੀਂ। ਇਹਨਾਂ ਦੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਧਰਮ ਦੇ ਖਿਲਾਫ਼ ਜਾਂਦੇ ਨੇ ਜੀ, ਠੀਕ ਹੈ ਨਾ ਜੀ, ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਈਵਨ ਕਿ ਜੇ ਮੈਨੂੰ ਮੇਰੇ ਬੱਚੇ ਦੇ ਕੋਈ ਵਾਲ ਕਟਾਏਗਾ, ਮੇਰੇ ਬੱਚੇ ਨੂੰ ਕੋਈ ਕਹੇਗਾ ਵੀ ਕੜਾ ਨਹੀਂ ਪਾਉਣਾ ਜਾਂ ਕੁਛ ਨਹੀਂ ਪਾਉਣਾ, ਮੈਂ ਤਾਂ ਐਕਸ਼ਨ ਲਊਂਗੀ, ਠੀਕ ਹੈ ਨਾ ਜੀ। ਜਿੱਦਾਂ ਵੀ ਮੈਂ ਪੇਰੈਂਟਸ ਹਾਂ, ਇੱਦਾਂ ਹੀ ਦੂਜੇ ਬੱਚਿਆਂ ਦੇ ਪੇਰੈਂਟਸ ਨੇ। ਅੱਜ ਇਹੀ ਇਸ਼ੂ ਹੈ ਜਿਹੜਾ ਅਸੀਂ SSP ਸਾਹਿਬ ਮੋਹਾਲੀ ਨੂੰ ਮੰਗ ਪੱਤਰ ਦਿੱਤਾ ਗਿਆ। ਸਰਕਾਰੀ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਪਿੰਡ ਨਵਾਂਸ਼ਹਿਰ ਨਯਾਂਸ਼ਹਿਰ ਖਰੜ ਜ਼ਿਲ੍ਹਾ ਮੋਹਾਲੀ, ਉਹਨਾਂ ਦੇ ਖਿਲਾਫ਼ ਅਸੀਂ ਦਰਖਾਸਤ ਦਿੱਤੀ ਹੈ। ਉਹਦਾ ਕਾਰਨ ਇਹੀ ਹੈ ਕਿ ਪ੍ਰਿੰਸੀਪਲ ਵੱਲੋਂ ਜਿਹੜੇ ਸਿੱਖ ਬੱਚੇ ਨੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਪੜ੍ਹਦੇ ਨੇ ਸੰਬੰਧਿਤ, ਉਹਨਾਂ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਕਕਾਰ ਨੇ ਉਹਨਾਂ 'ਤੇ ਕਮੈਂਟ ਕੀਤੇ ਜਾ ਰਹੇ ਨੇ ਕਿ ਤੁਸੀਂ ਦਸਤਾਰ ਨਹੀਂ ਬੰਨ੍ਹ ਕੇ ਆਉਣੀ, ਤੁਸੀਂ ਦਾੜ੍ਹੀ ਕਟਾ ਕੇ ਆਓ ਜਾਂ ਕੜਾ ਨਹੀਂ ਪਾ ਕੇ ਆਉਣਾ, ਮਤਲਬ ਇਹ ਚੀਜ਼ਾਂ ਉਹ ਕਹਿ ਰਹੇ ਨੇ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਅੱਜ ਅਸੀਂ SSP ਸਾਹਿਬ ਨੂੰ ਇਹੀ ਮੰਗ ਪੱਤਰ ਦਿੱਤਾ ਕਿ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ। ਇਹ ਇੱਕ ਸਕੂਲ ਹੈ ਜਿਹੜਾ ਸਰਕਾਰੀ ਸਕੂਲ ਹੈ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਉਹਦੇ ਖਿਲਾਫ਼ ਹੀ ਦਰਖਾਸਤ। ਇਹ ਪਿੰਡ ਹੈਗਾ ਜੀ ਨਯਾਂਸ਼ਹਿਰ ਬਡਾਲਾ ਪਿੰਡ ਹੈ, ਖਰੜ 'ਚ ਪੈਂਦਾ, ਜ਼ਿਲ੍ਹਾ ਮੋਹਾਲੀ ਪੈਂਦਾ। ਉਹਨਾਂ ਦੇ ਖਿਲਾਫ਼ ਦਰਖਾਸਤ ਦਿੱਤੀ। ਪਹਿਲੀ ਵਾਰ ਮਾਮਲਾ ਸਾਹਮਣੇ ਆਇਆ? ਨਹੀਂ, ਇਹ ਅਕਸਰ ਮਤਲਬ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ, ਪਰ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਘੱਟ ਆਉਂਦੇ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਕਿਤੇ ਆਉਂਦੇ ਰਹਿੰਦੇ, ਐਵਰੇਜ ਹੈਗੀ ਹੈ, ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਘੱਟ ਆਉਂਦੇ ਨੇ। ਅਤੇ ਥੋੜ੍ਹੇ ਦਿਨ ਪਹਿਲਾਂ 5-7 ਪਿੰਡਾਂ ਦੀ ਪੰਚਾਇਤ ਵੀ ਉਸ ਪ੍ਰਿੰਸੀਪਲ ਕੋਲ ਇਕੱਠੇ ਹੋ ਕੇ ਗਈ ਸੀ ਕਿ ਤੁਸੀਂ ਇੱਦਾਂ ਦੀ ਹਰਕਤ ਹੈ ਜਿਹੜੀ ਨਾ ਕਰੋ, ਜਿਹੜੀ ਸਿੱਖਾਂ ਦੀ ਭਾਵਨਾਵਾਂ ਨੂੰ ਭੜਕਾਉਂਦੀ ਹੋਵੇ, ਉਹਨਾਂ ਨੂੰ ਆਹਤ ਕਰਦੀ ਹੋਵੇ। ਇਹ ਤਾਂ ਜੀ ਤੁਸੀਂ ਉਹਨਾਂ ਨੂੰ ਪੁੱਛੋ, ਉਹੀ ਦੱਸ ਸਕਦੇ ਨੇ। ਅਸੀਂ ਤਾਂ ਮਤਲਬ ਪਿੰਡਾਂ ਦੀ ਪੰਚਾਇਤਾਂ ਨੇ ਲੋਕ ਇਕੱਠੇ ਹੋ ਕੇ ਗਏ ਸੀ ਉਹਨਾਂ ਕੋਲ ਕਿ ਤੁਸੀਂ ਇੱਦਾਂ ਦੀ ਹਰਕਤ ਨਾ ਕਰੋ। ਕੁਛ ਦਿਨ ਉਹਨਾਂ ਨੇ ਉਹ ਚੀਜ਼ ਨੂੰ ਬੰਦ ਰੱਖਿਆ, ਉਸ ਤੋਂ ਬਾਅਦ ਜਿਹੜੇ ਸਿੱਖ ਬੱਚਿਆਂ ਨੂੰ ਧਮਕੀਆਂ ਦੇਣੀ ਸ਼ੁਰੂ ਕਰ ਦਿੱਤੀ ਕਿ ਤੁਹਾਡੇ ਪੇਪਰਾਂ ਦੇ ਵਿੱਚ ਨਾ ਕੱਟੇ ਜਾਣਗੇ, ਤੁਹਾਨੂੰ ਪੇਪਰ ਦੇ ਵਿੱਚ ਬੈਠਿਆ ਨਹੀਂ ਜਾਊਗਾ, ਸਕੂਲ 'ਚ ਤੁਹਾਨੂੰ ਐਡਮਿਸ਼ਨ ਹੀ ਨੈਕਸਟ ਟਾਈਮ ਹੋਣੀ। ਉਹਨਾਂ ਨੂੰ ਕਈ ਤਰ੍ਹਾਂ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਬੱਚੇ ਸਕੂਲ ਜਾਣੋਂ ਡਰ ਰਹੇ ਨੇ, ਪੱਗਾਂ ਬੰਨ੍ਹਣ ਤੋਂ ਮਤਲਬ ਗੁਰੇਜ਼ ਕਰਨ ਲੱਗ ਗਏ ਨੇ, ਸੋਚਣ ਲੱਗ ਗਏ ਨੇ। ਮੈਨੂੰ ਹੁਣ ਇੱਕ ਬੰਦੇ ਦਰਖਾਸਤ ਦੇ ਅੱਗੇ ਗਏ ਨੇ ਜੀ, ਇਹਦੇ ਸੰਬੰਧ 'ਚ ਮੈਂ ਕੰਸਰਨਡ ਅਫਸਰ ਨੂੰ ਮਾਰ ਕੀਤੀ, ਉਹ ਪੜਤਾਲ ਕਰਨਗੇ, ਪੜਤਾਲ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਪ੍ਰੋਪਰ ਐਕਸ਼ਨ ਲਵਾਂਗੇ।